ਹੁਣ ਕਹਿੰਦੇ ਕਿ ਬਾਈ ਲੱਗਦਾ ਨਹੀਂ ਕਿ ਆ ਵੀ ਉਮੀਦ ਆ ਜਿਹੜੇ ਉਹ ਹਾਲਾਤ ਸੁਧਰ ਜਾਣਗੇ ਜੋ ਰਿਲੇਸ਼ਨ ਸੀਗੇ ਉਹ ਲਗਾਤਾਰ ਡਿਫਰੈਂਸਸ ਵਧੀ ਜਾਂਦੇ ਆ ਹੁਣ ਵੀ ਇਸੇ ਤਰ੍ਹਾਂ ਦੀ ਉਮੀਦ ਆ ਕਹਿੰਦੇ ਕਿ ਬਾਈ ਬਿਲਕੁਲ ਹੀ ਮੱਧਮ ਹੋ ਗਏ ਹੁਣ ਤਾਂ ਉਮੀਦ ਨਹੀਂ ਦੇਖੋ ਜਿਸ ਤਰ੍ਹਾਂ ਦੀ ਸਟੇਟਮੈਂਟ ਕੱਲ ਜੈ ਸ਼ੰਕਰ ਹੋਰਾਂ ਦੀ ਆਈ ਹੈ ਜੀ ਵਾਕਿਆ ਇਹ ਰਿਸ਼ਤੇ ਹੁਣ ਉਸ ਦੌਰ ਦੇ ਵਿੱਚ ਚਲੇ ਗਏ ਆ ਕਿ ਛੇਤੀ ਕੀਤਿਆਂ ਨੇੜਲੇ ਭਵਿੱਖ 'ਚ ਤੇ ਇੰਨਾਂ 'ਚ ਸਭ ਕੁਝ ਨਾਰਮਲ ਹੋ ਜਾਏਗਾ ਇਹ ਗੁੰਜਾਇਸ਼ ਬਾਚਦੀ ਨਹੀਂ ਹੈ ਜੀ ਕਿਉਂਕਿ ਜੈ ਸ਼ੰਕਰ ਜੀ ਗੱਲ ਕਹਿ ਗਏ ਨੇ ਕਿ ਜਦੋਂ ਤੱਕ ਸਾਡੇ ਉੱਥੇ ਡਿਪਲੋਮੈਟਸ ਅਸੁਰੱਖਿਤ ਨੇ ਜੀ ਉਹਨਾਂ ਨੂੰ ਸੁਰੱਖਿਆਤਾ ਨਹੀਂ ਕੀਤਾ ਜਾਂਦਾ ਵਧੀਆ ਮਾਹੌਲ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅਸੀਂ ਵੀਜ਼ਾ ਸਬੰਧਾਂ ਬਾਹਲ ਨਹੀਂ ਕਰਾਂਗੇ ਜੀ ਯਾਨੀ ਇੰਡੀਆ ਹੁਣ ਮਤਲਬ ਕਿ ਕੰਡੀਸ਼ਨ ਰੱਖ ਰਿਹਾ ਹੈ ਕਿ ਪਹਿਲਾਂ ਤੁਸੀਂ ਆਹ ਕੰਮ ਕਰੋ ਫਿਰ ਅਸੀਂ ਵੀਜ਼ਾ ਸਬੰਧਾਂ ਬਾਹਲ ਕਰ ਦੇਵਾਂਗੇ ਦੂਜੀ ਚੀਜ਼ ਫਿਰ ਰੌਲਾ ਪੈ ਗਿਆ ਜਿਹੜੇ ਡਿਪਲੋਮੈਟਸ ਕੱਢੇ ਸੀ ਉਧਰ ਗੋਰਿਆਂ ਦੇ ਜਿਹੜੇ ਆਪਣੇ ਤੁਹਾਨੂੰ ਪਤਾ ਭਰਾ ਨੇ ਜਿਹੜੇ ਉਹ ਉਹ ਵੀ ਬੋਲ ਪਏ ਬ੍ਰਿਟਾ ਜਿਹੜੇ ਆਗੇ ਸੀ ਬਰਤਾਨੀਆਂ ਵਾਲੇ ਤੇ ਦੂਸਰੇ ਪਾਸੇ ਯੂ ਐਸ ਵਾਲੇ ਵੀ ਜੀ ਤੇ ਆਫੀਸ਼ੀਅਲੀ ਤੇ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਵਿਆਨਾ ਕਨਵੈਨਸ਼ਨ ਦਾ ਉਲੰਘਣ ਹੈ ਇਹਨਾਂ ਨੇ ਗਾਂ ਹਵਾਲਾ ਦਿੱਤਾ ਕਿ ਆ ਰੂਲ ਨੰਬਰ ਇਹਨਾਂ ਆ ਮਤਲਬ ਕਿ ਬਰਾਬਰ ਗਿਣਤੀ ਕਰਨ ਦਾ ਭਾਈ ਵੇਖ ਲਓ ਉੱਥੇ ਲਿਖਿਆ ਜੀ ਇਹ ਕੋਈ ਵਿਆਨਾ ਕਨਵੈਨਸ਼ਨ ਦਾ ਉਲੰਘਣ ਨਹੀਂ ਜਾਗਾ ਜੀ ਮਲਕ ਜਦੋਂ ਇਸ ਤਰ੍ਹਾਂ ਦੇ ਦੋਸ਼ ਲੱਗਣ ਕਿ ਵਿਆਨਾ ਕਨਵੈਨਸ਼ਨ ਦਾ ਉਲੰਘਣ ਕਰ ਰਿਹਾ ਕੋਈ ਮੁਲਕ ਇਹ ਕਹਿਣ ਕਿ ਸਾਡੇ ਡਿਪਲੋਮੈਟਸ ਉੱਥੇ ਸੁਰੱਖਿਅਤ ਨਹੀਂ ਤੇ ਫਿਰ ਰਿਸ਼ਤੇ ਤੇ ਰਾਤੋਂ-ਰਾਤ ਮੈਨੂੰ ਨਹੀਂ ਲੱਗਦਾ ਠੀਕ ਹੋਣਗੇ ਤੇ ਹੁਣ ਇਹ ਸਾਰੇ ਮਾਹਰ ਕਹੀ ਜਾਂਦੇ ਆ ਜਿਹੜੇ ਇਮੀਗ੍ਰੇਸ਼ਨ ਦੇ ਮਾਹਰ ਨੇ ਉਹ ਕਹਿੰਦੇ ਆ ਕਿ ਬਈ ਪੰਜਾਬੀਆਂ ਤੇ ਇਹ ਅਸਰ ਅੰਦਾਜ਼ ਕਰੇਗਾ ਮਾਮਲਾ ਮਤਲਬ ਖਾਸ ਤੌਰ ਤੇ ਸਟੂਡੈਂਟ ਨੇ ਜਿਸ ਤਰ੍ਹਾਂ ਕਿ ਉਹਨਾਂ ਦੀ ਜਿਹੜੀ ਕੈਲਕੂਲੇਟਿੰਗ ਪ੍ਰੋਸੈਸਿੰਗ ਸਪੀਡ ਆ ਕਿ ਕੋਈ ਵੀ ਆਪਾਂ ਫਾਈਲ ਜਿਹੜੀ ਪ੍ਰੋਸੈਸ ਚ ਪਾਨੇ ਆ ਨਾ ਜੀ ਜਦੋਂ ਲਾਉਨੇ ਆ ਤਾਂ ਉਹ ਜਿਹੜੀ ਫਾਈਲ ਚੱਲਦੀ ਆ ਉਹ ਸਲੋ ਹੋ ਜਾਏਗੀ ਉਹ ਕਿ ਵਿਪਤਾ ਆ ਜਾਏਗੀ ਹਾਂਜੀ ਕਿਉਂਕਿ ਮੈਨ ਪਾਵਰ ਘਟ ਗਈ ਆ ਕਿਸੇ ਦਾ ਜਿਹੜਾ ਟਾਈਮ ਟੂ ਟਾਈਮ ਵਧਨੇ ਵਧਨੇ ਆ ਹਾਂਜੀ ਬਿਲਕੁਲ ਤੇ ਉਹ ਵਰਕ ਲੋਡ ਵਧੇਗਾ ਹੁਣ ਹਾਂਜੀ ਬਹੁਤ ਜ਼ਿਆਦਾ ਵਰਕ ਲੋਡ ਵਧੇਗਾ ਜੀ ਫਿਰ ਅੱਗੇ ਚੰਡੀਗੜ੍ਹ ਚਲੇ ਜਾਂਦੇ ਸੀ ਹੁਣ ਚੰਡੀਗੜ੍ਹ ਦੀ ਬਜਾਏ ਜਾਣਾ ਵੀ ਦਿੱਲੀ ਪਾਏਗਾ ਤੇ ਸਟੂਡੈਂਟਸ ਹਸਾਬ ਨਾਲ ਉਹ ਇੰਨਾ ਜ਼ਿਆਦਾ ਹੈ ਕਿ ਮੈਂ ਅੰਕੜਾ ਪੜ੍ਹ ਰਿਆ ਸੀ 2022 ਦਾ ਜੀ ਕਿ ਸ਼ਾਇਦ 2 ਲੱਖ 26000 ਸਟੂਡੈਂਟ ਉੱਥੇ ਪਹੁੰਚਿਆ ਜਿਹਦੇ ਚੋਂ ਆ ਆਪਾਂ ਇੰਡੀਆ ਚ ਦੇਖੀਏ ਤੇ 1 ਲੱਖ 36000 ਰੁਪਏ 1 ਲੱਖ 36000 ਸਟੂਡੈਂਟ ਤੇ ਸਾਡਾ ਆ ਪੰਜਾਬ ਦਾ ਹੀ ਆ ਜੀ ਯਾਨੀ ਅੱਧੋਂ ਵੱਧ ਤਾਂ ਪ੍ਰਭਾਵਤ ਤੇ ਫਿਰ ਆਪਣੇ ਪੰਜਾਬੀ ਬੱਚੇ ਬੱਚੀਆਂ ਹੋਣਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਇਹ ਪ੍ਰਭਾਵ ਲੰਬੇ ਸਮੇਂ ਤੱਕ ਬਣਿਆ ਵੀ ਰਹਿ ਸਕਦਾ ਕਿਉਂਕਿ ਉਮੀਦ ਘਟਿਆ ਹੁਣ ਗੁੰਜਾਇਸ਼ ਘਟਿਆ ਕਿ ਰਿਸ਼ਤੇ ਜਿਹੜੇ ਸੁਧਰ ਜਾਣਗੇ ਖਾਸ ਤੌਰ ਤੇ ਜਦੋਂ ਤੱਕ ਕਿ ਦੋਵੇਂ ਪ੍ਰਧਾਨ ਮੰਤਰੀ ਹੈਗੇ ਆ ਕਿਉਂਕਿ ਇੰਡੀਆ ਮੈਨੂੰ ਇਹ ਲੱਗਦਾ ਕਿ ਕੈਨੇਡਾ ਝੁਕਣ ਲਈ ਤਿਆਰ ਨਹੀਂ ਤੇ ਇੰਡੀਆ ਕਹਿੰਦਾ ਕਿ ਮੈਂ ਵੀ ਨਹੀਂ ਜੀ ਮਤਲਬ ਕਿ ਹੁਣ ਤਾਂ ਮਾਮਲਾ ਅੜ ਫਸਾਲਾ ਹੈ ਜੀ ਕਿ ਇੰਡੀਆ ਵੀ ਕੈਨੇਡਾ ਦੇ ਅੱਗੇ ਝੁਕਣ ਵਾਸਤੇ ਮਤਲਬ ਕਿ ਜਾਂ ਝੁਕਣ ਦਾ ਮਤਲਬ ਇਹੀ ਹੈ ਕਿ ਭਾਈ ਆ ਕੋਈ ਵੀ ਮਾੜਾ ਮੋਟਾ ਨਰਮ ਗੋਸ਼ਾ ਬਖਾਉਣ ਦੇ ਰੌਂਚ ਨਹੀਂ ਹੈਗਾ ਜੀ 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 ਹੁਣ ਕਹਿੰਦੇ ਕਿ ਬਾਈ ਲੱਗਦਾ ਨਹੀਂਗਾ ਵੀ ਉਮੀਦ ਹੈ ਜਿਹੜੇ ਉਹ ਹਾਲਾਤ ਸੁਧਰ ਜਾਣਗੇ ਜੋ ਰਿਲੇਸ਼ਨ ਸੀਗੇ ਉਹ ਲਗਾਤਾਰ ਡਿਫਰੈਂਸਸ ਵਧੀਆਂ ਜਾਂਦੇ ਆ ਹੁਣ ਵੀ ਇਸੇ ਤਰ੍ਹਾਂ ਦੀ ਉਮੀਦ ਹੈ ਕਹਿੰਦੇ ਕਿ ਬਾਈ ਬਿਲਕੁਲ ਹੀ ਮੱਧਮ ਹੋ ਗਿਆ ਹੁਣ ਤਾਂ ਉਮੀਦ ਨਹੀਂ ਦੇਖੋ ਜਿਸ ਤਰ੍ਹਾਂ ਦੀ ਸਟੇਟਮੈਂਟ ਕੱਲ ਜੈ ਸ਼ੰਕਰ ਹੋਰਾਂ ਦੇ ਆਈ ਹੈ ਜੀ ਵਾਕਿਆ ਇਹ ਰਿਸ਼ਤੇ ਹੁਣ ਉਸ ਦੌਰ ਦੇ ਵਿੱਚ ਚਲੇ ਗਏ ਆ ਕਿ ਛੇਤੀ ਕੀਤਿਆਂ ਨੇੜਲੇ ਭਵਿੱਖ 'ਚ ਤੇ ਇਨਾਂ ਚ ਸਭ ਕੁਝ ਨਾਰਮਲ ਹੋ ਜਾਏਗਾ ਇਹ ਗੁੰਜਾਇਸ਼ ਬਾਤ ਚ ਦੀ ਨਹੀਂ ਹੈ ਜੀ ਕਿਉਂਕਿ ਜੈ ਸ਼ੰਕਰ ਜੀ ਕੱਲ ਕਹਿ ਗਏ ਨੇ ਕਿ ਜਦੋਂ ਤੱਕ ਸਾਡੇ ਉੱਥੇ ਡਿਪਲੋਮੈਟਸ ਅਸੁਰੱਖਿਅਤ ਨੇ ਜੀ ਉਹਨਾਂ ਨੂੰ ਸੁਰੱਖਿਆਤਾ ਨਹੀਂ ਕੀਤਾ ਜਾਂਦਾ ਵਧੀਆ ਮਾਹੌਲ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅਸੀਂ ਵੀਜ਼ਾ ਸਬੰਧਾਂ ਬਾਹਲ ਨਹੀਂ ਕਰਾਂਗੇ ਜੀ ਯਾਨੀ ਇੰਡੀਆ ਹੁਣ ਮਤਲਬ ਕਿ ਕੰਡੀਸ਼ਨ ਰੱਖ ਰਿਹਾ ਹੈ ਕਿ ਪਹਿਲਾਂ ਤੁਸੀਂ ਆਹ ਕੰਮ ਕਰੋ ਫਿਰ ਅਸੀਂ ਵੀਜ਼ਾ ਸਬੰਧਾਂ ਬਾਹਲ ਕਰ ਦੇਵਾਂਗੇ ਦੂਜੀ ਚੀਜ਼ ਫਿਰ ਰੌਲਾ ਪੈ ਗਿਆ ਜਿਹੜੇ ਡਿਪਲੋਮੈਟਸ ਕੱਢੇ ਸੀ ਉਧਰ ਗੋਰਿਆਂ ਦੇ ਜਿਹੜੇ ਆਪਣੇ ਤੁਹਾਨੂੰ ਪਤਾ ਭਰਾ ਨੇ ਜਿਹੜੇ ਉਹ ਉਹ ਵੀ ਬੋਲ ਪਏ ਬ੍ਰਿਟਾ ਜਿਹੜੇ ਆਗੇ ਸੀ ਬਰਤਾਨੀਆਂ ਵਾਲੇ ਤੇ ਦੂਸਰੇ ਪਾਸੇ ਯੂ ਐਸ ਵਾਲੇ ਵੀ ਜੀ ਤੇ ਆਫੀਸ਼ੀਅਲੀ ਤੇ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਵਿਆਨਾ ਕਨਵੈਨਸ਼ਨ ਦਾ ਉਲੰਘਣ ਆ ਇਹਨਾਂ ਨੇ ਗਾਂ ਹਵਾਲਾ ਦਿੱਤਾ ਕਿ ਆ ਰੂਮ ਨੰਬਰ ਇਹਨਾਂ ਆ ਮਤਲਬ ਕਿ ਬਰਾਬਰ ਗਿਣਤੀ ਕਰਨ ਦਾ ਭਾਈ ਵੇਖ ਲਓ ਉੱਥੇ ਲਿਖਿਆ ਜੀ ਇਹ ਕੋਈ ਵਿਆਨਾ ਕਨਵੈਨਸ਼ਨ ਦਾ ਉਲੰਘਣ ਨਹੀਂ ਜਾਏਗਾ ਜੀ ਮਲਕ ਜਦੋਂ ਇਸ ਤਰ੍ਹਾਂ ਦੇ ਦੋਸ਼ ਲੱਗਣ ਕਿ ਵਿਆਨਾ ਕਨਵੈਨਸ਼ਨ ਦਾ ਉਲੰਘਣ ਕਰ ਰਿਹਾ ਕੋਈ ਮੁਲਕ ਇਹ ਕਹਿਣ ਕਿ ਸਾਡੇ ਡਿਪਲੋਮੈਟਸ ਉੱਥੇ ਸੁਰੱਖਿਅਤ ਨਹੀਂ ਤੇ ਫਿਰ ਰਿਸ਼ਤੇ ਤੇ ਰਾਤੋਂ ਰਾਤ ਮੈਨੂੰ ਨਹੀਂ ਲੱਗਦਾ ਠੀਕ ਹੋਣਗੇ ਤੇ ਹੁਣ ਇਹ ਸਾਰੇ ਮਾਹਰ ਕਹੀ ਜਾਂਦੇ ਆ ਜਿਹੜੇ ਇਮੀਗ੍ਰੇਸ਼ਨ ਦੇ ਮਾਹਰ ਨੇ ਉਹ ਕਹਿੰਦੇ ਆ ਕਿ ਬਈ ਪੰਜਾਬੀਆਂ ਤੇ ਇਹ ਅਸਰ ਅੰਦਾਜ਼ ਕਰੇਗਾ ਮਾਮਲਾ ਮਤਲਬ ਖਾਸ ਤੌਰ ਤੇ ਸਟੂਡੈਂਟ ਨੇ ਜਿਸ ਤਰ੍ਹਾਂ ਕਿ ਉਹਨਾਂ ਦੀ ਜਿਹੜੀ ਕੈਲਕੂਲੇਟਿੰਗ ਪ੍ਰੋਸੈਸਿੰਗ ਸਪੀਡ ਆ ਕਿ ਕੋਈ ਵੀ ਆਪਾਂ ਫਾਈਲ ਜਿਹੜੀ ਪ੍ਰੋਸੈਸ ਚ ਪਾਨੇ ਆ ਨਾ ਜੀ ਜਦੋਂ ਲਾਉਨੇ ਆ ਤਾਂ ਉਹ ਜਿਹੜੀ ਫਾਈਲ ਚਲਦੀ ਆ ਉਹ ਸਲੋ ਹੋ ਜਾਏਗੀ ਉਹ ਕਿ ਵਿਪਤਾ ਆ ਜਾਏਗੀ ਹਾਂਜੀ ਕਿਉਂਕਿ ਮੈਨ ਪਾਵਰ ਘਟ ਗਈ ਆ ਕਿਸੇ ਦਾ ਜਿਹੜਾ ਟਾਈਮ ਟੂ ਟਾਈਮ ਵਧਨੇ ਵਧਨੇ ਆ ਹਾਂਜੀ ਬਿਲਕੁਲ ਤੇ ਉਹ ਵਰਕ ਲੋਡ ਵਧੇਗਾ ਹੁਣ ਹਾਂਜੀ ਬਹੁਤ ਜ਼ਿਆਦਾ ਵਰਕ ਲੋਡ ਵਧੇਗਾ ਜੀ ਫਿਰ ਅੱਗੇ ਚੰਡੀਗੜ੍ਹ ਚਲੇ ਜਾਂਦੇ ਸੀ ਹੁਣ ਚੰਡੀਗੜ੍ਹ ਦੀ ਬਜਾਇਜ਼ ਜਾਣਾ ਵੀ ਦਿੱਲੀ ਪਾਏਗਾ ਤੇ ਸਟੂਡੈਂਟਸ ਦਾ ਲਾਲੋ ਇੰਨਾ ਜ਼ਿਆਦਾ ਹੈ ਕਿ ਮੈਂ ਅੰਕੜਾ ਪੜ ਰਿਹਾ ਸੀ 2022 ਦਾ ਜੀ ਕਿ ਸ਼ਾਇਦ 226000 ਸਟੂਡੈਂਟ ਉੱਥੇ ਪਹੁੰਚਿਆ ਜਿਹਦੇ ਚ ਆਪਾਂ ਇੰਡੀਆ ਚ ਦੇਖੀਏ ਤੇ 136000 ਰੁਪਏ 136000 ਸਟੂਡੈਂਟ ਤੇ ਸਾਡਾ ਆ ਪੰਜਾਬ ਦਾ ਹੀ ਆ ਜੀ ਯਾਨੀ ਅਧੋਂ ਵੱਧ ਤਾਂ ਪ੍ਰਭਾਵਤ ਤੇ ਫਿਰ ਆਪਣੇ ਪੰਜਾਬੀ ਬੱਚੇ ਬੱਚੀਆਂ ਹੋਣਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਇਹ ਪ੍ਰਭਾਵ ਲੰਮੇ ਸਮੇਂ ਤੱਕ ਬਣਿਆ ਵੀ ਰਹਿ ਸਕਦਾ ਕਿਉਂਕਿ ਉਮੀਦ ਘਟਿਆ ਹੁਣ ਗੁੰਜਾਇਸ਼ ਘਟਿਆ ਕਿ ਰਿਸ਼ਤੇ ਜਿਹੜੇ ਸੁਧਰ ਜਾਣਗੇ ਖਾਸ ਤੌਰ ਤੇ ਜਦੋਂ ਤੱਕ ਕਿ ਦੋਵੇਂ ਪ੍ਰਧਾਨ ਮੰਤਰੀ ਹੈਗੇ ਆ ਕਿਉਂਕਿ ਇੰਡੀਆ ਮੈਨੂੰ ਇਹ ਲੱਗਦਾ ਕਿ ਕੈਨੇਡਾ ਝੁਕਣ ਲਈ ਤਿਆਰ ਨਹੀਂ ਤੇ ਇੰਡੀਆ ਕਹਿੰਦਾ ਕਿ ਮੈਂ ਵੀ ਨਹੀਂ ਜੀ ਮਤਲਬ ਕਿ ਹੁਣ ਤਾਂ ਮਾਮਲਾ ਅੜ ਫਸਾਲਾ ਹੈ ਜੀ ਕਿ ਇੰਡੀਆ ਵੀ ਕੈਨੇਡਾ ਦੇ ਅੱਗੇ ਝੁਕਣ ਵਾਸਤੇ ਮਤਲਬ ਕਿ ਜਾਂ ਝੁਕਣ ਦਾ ਮਤਲਬ ਇਹੀ ਹੈ ਕਿ ਭਾਈ ਕੋਈ ਵੀ ਮਾੜਾ ਮੋਟਾ ਨਰਮ ਗੋਸ਼ਾ ਬਖਾਉਣ ਦੇ ਰੌਚ ਨਹੀਂ ਹੈਗਾ ਜੀ 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 ਹੁਣ ਕਹਿੰਦੇ ਕਿ ਭਾਈ ਲੱਗਦਾ ਨਹੀਂਗਾ ਵੀ ਉਮੀਦ ਹੈ ਜਿਹੜੇ ਉਹ ਹਾਲਾਤ ਸੁਧਰ ਜਾਣਗੇ ਜੋ ਰਿਲੇਸ਼ਨ ਸੀਗੇ ਉਹ ਲਗਾਤਾਰ ਡਿਫਰੈਂਸਸ ਵਧੀਆਂ ਜਾਂਦੇ ਆ ਹੁਣ ਵੀ ਇਸੇ ਤਰ੍ਹਾਂ ਦੀ ਉਮੀਦ ਹੈ ਕਿ ਨਾ ਕਿ ਬਈ ਬਿਲਕੁਲ ਹੀ ਮੱਧਮ ਹੋ ਗਿਆ ਹੁਣ ਤਾਂ ਉਮੀਦ ਨਹੀਂ ਦੇਖੋ ਜਿਸ ਤਰ੍ਹਾਂ ਦੀ ਸਟੇਟਮੈਂਟ ਕੱਲ ਜੈ ਸ਼ੰਕਰ ਹੋਰਾਂ ਦੀ ਆਈ ਹੈ ਜੀ ਵਾਕਿਆ ਇਹ ਰਿਸ਼ਤੇ ਹੁਣ ਉਸ ਦੌਰ ਦੇ ਵਿੱਚ ਚਲੇ ਗਏ ਆ ਕਿ ਛੇਤੀ ਕੀਤੇ ਆ ਨੇੜਲੇ ਭਵਿੱਖ 'ਚ ਤੇ ਇਹਨਾਂ 'ਚ ਸਭ ਕੁਝ ਨਾਰਮਲ ਹੋ ਜਾਏਗਾ ਇਹ ਗੁੰਝਾਸ਼ ਬਾਚੂਦੀ ਨਹੀਂ ਹੈ ਜੀ ਕਿਉਂਕਿ ਜੈ ਸ਼ੰਕਰ ਜੀ ਕੱਲ ਕਹਿ ਗਏ ਨੇ ਕਿ ਜਦੋਂ ਤੱਕ ਸਾਡੇ ਉੱਥੇ ਡਿਪਲੋਮੈਟਸ ਅਸੁਰੱਖਿਅਤ ਨੇ ਜੀ ਉਹਨਾਂ ਨੂੰ ਸੁਰੱਖਿਆਤਾ ਨਹੀਂ ਕੀਤਾ ਜਾਂਦਾ ਵਧੀਆ ਮਾਹੌਲ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅਸੀਂ ਵੀਜ਼ਾ ਸਬੰਾ ਬਾਹਰ ਨਹੀਂ ਕਰਾਂਗੇ ਜੀ ਯਾਨੀ ਇੰਡੀਆ ਹੁਣ ਮਤਲਬ ਕਿ ਕੰਡੀਸ਼ਨ ਰੱਖ ਰਿਹਾ ਕਿ ਪਹਿਲਾਂ ਤੁਸੀਂ ਆਹ ਕੰਮ ਕਰੋ ਫਿਰ ਅਸੀਂ ਵੀਜ਼ਾ ਸਬੰਾ ਬਾਹਰ ਕਰ ਦੇਵਾਂਗੇ ਦੂਜੀ ਚੀਜ਼ ਫਿਰ ਰੌਲਾ ਪੈ ਗਿਆ ਜਿਹੜੇ ਡਿਪਲੋਮੈਟਸ ਕੱਢੇ ਸੀ ਉਧਰ ਗੋਰਿਆਂ ਦੇ ਜਿਹੜੇ ਆਪਣੇ ਤੁਹਾਨੂੰ ਪਤਾ ਭਰਾ ਨੇ ਜਿਹੜੇ ਉਹ ਉਹ ਵੀ ਬੋਲ ਪਏ ਬ੍ਰਿਟਾ ਜਿਹੜੇ ਆਗੇ ਸੀ ਬਰਤਾਨੀਆਂ ਵਾਲੇ ਤੇ ਦੂਸਰੇ ਪਾਸੇ ਯੂ ਐਸ ਵਾਲੇ ਵੀ ਜੀ ਤੇ ਆਫੀਸ਼ੀਅਲੀ ਤੇ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਵਿਆਨਾ ਕਨਵੈਨਸ਼ਨ ਦਾ ਉਲੰਘਣ ਹੈ ਇਹਨਾਂ ਨੇ ਗਾਂਹ ਹਵਾਲਾ ਦਿੱਤਾ ਕਿ ਆਹ ਰੂਲ ਨੰਬਰ ਇਹਨਾਂ ਆ ਮਤਲਬ ਕਿ ਬਰਾਬਰ ਗਿਣਤੀ ਕਰਨ ਦਾ ਭਾਈ ਵੇਖ ਲਓ ਉੱਥੇ ਲਿਖਿਆ ਜੀ ਇਹ ਕੋਈ ਵਿਆਨਾ ਕਨਵੈਨਸ਼ਨ ਦਾ ਉਲੰਘਣ ਨਹੀਂ ਜਿਆਗਾ ਜੀ ਮਤਲਬ ਕਿ ਜਦੋਂ ਇਸ ਤਰ੍ਹਾਂ ਦੇ ਦੋਸ਼ ਲੱਗਣ ਕਿ ਵਿਆਨਾ ਕਨਵੈਨਸ਼ਨ ਦਾ ਉਲੰਘਣ ਕਰ ਰਿਹਾ ਕੋਈ ਮੁਲਕ ਇਹ ਕਹਿਣ ਕਿ ਸਾਡੇ ਡਿਪਲੋਮੈਟਸ ਉੱਥੇ ਸੁਰੱਖਿਅਤ ਨਹੀਂ ਤੇ ਫਿਰ ਰਿਸ਼ਤੇ ਤੇ ਰਾਤੋਂ ਰਾਤ ਮੈਨੂੰ ਨਹੀਂ ਲੱਗਦਾ ਠੀਕ ਹੋਣਗੇ ਤੇ ਹੁਣ ਇਹ ਸਾਰੇ ਮਾਹਰ ਕਹੀ ਜਾਂਦੇ ਆ ਜਿਹੜੇ ਆ ਇਮੀਗ੍ਰੇਸ਼ਨ ਦੇ ਮਾਹਰ ਨੇ ਉਹ ਕਹਿੰਦੇ ਆ ਕਿ ਬਈ ਪੰਜਾਬੀਆਂ ਤੇ ਇਹ ਅਸਰ ਅੰਦਾਜ਼ ਕਰੇਗਾ ਮਾਮਲਾ ਮਤਲਬ ਖਾਸ ਤੌਰ ਤੇ ਸਟੂਡੈਂਟ ਨੇ ਜਿਸ ਤਰ੍ਹਾਂ ਕਿ ਉਹਨਾਂ ਦੀ ਜਿਹੜੀ ਕੈਲਕੂਲੇਟਿੰਗ ਪ੍ਰੋਸੈਸਿੰਗ ਸਪੀਡ ਆ ਕਿ ਕੋਈ ਵੀ ਆਪਾਂ ਫਾਈਲ ਜਿਹੜੀ ਪ੍ਰੋਸੈਸ ਚ ਹੀ ਪਾਨੇ ਆ ਨਾ ਜੀ ਜਦੋਂ ਲਾਉਨੇ ਆ ਤਾਂ ਉਹ ਜਿਹੜੀ ਫਾਈਲ ਚੱਲਦੀ ਆ ਉਹ ਸਲੋ ਹੋ ਜਾਏਗੀ ਉਹ ਇਹ ਵਿਵਪਤਾ ਆ ਜਾਏਗੀ ਹਾਂਜੀ ਕਿਉਂਕਿ ਮੈਨ ਪਾਵਰ ਘਟ ਗਈ ਹੈ ਕਿਸੇ ਦਾ ਜਿਹੜਾ ਟਾਈਮ ਟੂ ਟਾਈਮ ਵੱਧਨੇ ਵੱਧਨੇ ਹੈ ਹਾਂਜੀ ਬਿਲਕੁਲ ਤੇ ਉਹ ਵਰਕ ਲੋਡ ਵਧੇਗਾ ਹੁਣ ਹਾਂਜੀ ਬਹੁਤ ਜ਼ਿਆਦਾ ਵਰਕ ਲੋਡ ਵਧੇਗਾ ਜੀ ਫਿਰ ਅੱਗੇ ਚੰਡੀਗੜ੍ਹ ਚਲੇ ਜਾਂਦੇ ਸੀ ਹੁਣ ਚੰਡੀਗੜ੍ਹ ਦੀ ਬਜਾਇਜ਼ ਜਾਣਾ ਵੀ ਦਿੱਲੀ ਪਾਏਗਾ ਤੇ ਸਟੂਡੈਂਟਸ ਹਿਸਾਬ ਨਾਲ ਲੋ ਇਹ ਇੰਨਾ ਜ਼ਿਆਦਾ ਹੈ ਕਿ ਮੈਂ ਅੰਕੜਾ ਪੜ ਰਿਹਾ ਸੀ 2022 ਦਾ ਜੀ ਕਿ ਸ਼ਾਇਦ 2 ਲੱਖ 26 ਹਜ਼ਾਰ ਸਟੂਡੈਂਟ ਉੱਥੇ ਪਹੁੰਚਿਆ ਜਿਹਦੇ ਚੋਂ ਆ ਇਹ ਆਪਾਂ ਇੰਡੀਆ ਚ ਦੇਖੀਏ ਤੇ 136000 ਰੁਪਏ 136000 ਸਟੂਡੈਂਟ ਤੇ ਸਾਡਾ ਆ ਪੰਜਾਬ ਦਾ ਹੀ ਆ ਜੀ ਯਾਨੀ ਅੱਧੋਂ ਵੱਧ ਤਾਂ ਪ੍ਰਭਾਵਤ ਤੇ ਫਿਰ ਆਪਣੇ ਪੰਜਾਬੀ ਬੱਚੇ ਬੱਚੀਆਂ ਹੋਣਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਇਹ ਪ੍ਰਭਾਵ ਲੰਬੇ ਸਮੇਂ ਤੱਕ ਬਣਿਆ ਵੀ ਰਹਿ ਸਕਦਾ ਕਿਉਂਕਿ ਉਮੀਦ ਘਟਿਆ ਹੁਣ ਗੁੰਜਾਇਸ਼ ਘਟਿਆ ਕਿ ਰਿਸ਼ਤੇ ਜਿਹੜੇ ਆ ਸੁਧਰ ਜਾਣਗੇ ਖਾਸ ਤੌਰ ਤੇ ਜਦੋਂ ਤੱਕ ਕਿ ਦੋਵੇਂ ਪ੍ਰਧਾਨ ਮੰਤਰੀ ਹੈਗੇ ਆ ਕਿਉਂਕਿ ਇੰਡੀਆ ਮੈਨੂੰ ਇਹ ਲੱਗਦਾ ਕਿ ਕੈਨੇਡਾ ਚੋਕਲੀ ਤਿਆਰ ਨਹੀਂ ਤੇ ਇੰਡੀਆ ਕਹਿੰਦਾ ਕਿ ਮੈਂ ਵੀ ਨਹੀਂ ਜੀ ਮਤਲਬ ਕਿ ਹੁਣ ਤਾਂ ਮਾਮਲਾ ਅੜ ਫਸਾਲਾ ਜੀ ਕਿ ਇੰਡੀਆ ਵੀ ਕੈਨੇਡਾ ਦੇ ਅੱਗੇ ਝੁਕਣ ਵਾਸਤੇ ਮਤਲਬ ਕਿ ਜਾਂ ਝੁਕਣ ਦਾ ਮਤਲਬ ਇਹੀ ਹੈ ਕਿ ਭਾਈ ਕੋਈ ਵੀ ਮਾੜਾ ਮੋਟਾ ਨਰਮ ਗੋਸ਼ਾ ਬਖਾਉਣ ਦੇ ਰੌਚ ਨਹੀਂ ਹੈਗਾ ਜੀ ਜੀ ਜੀ